खालसा श्री वाहगुरु जी की फतेह। मैं परमात्मा अगे अरदास करदा कि तुसीं सारे चढ़दी कला च रहो जी। महाराज तुहानूं दिन दुगुणी ते रात चौगुणी तरक्की बख्शे, सब नूं देह रोगता बख्शे जी। सारे अपनी अपनी जिंदगी च माणो जी आनंद। ते पहुंचे हुए जी अज अपने खेत च। पिछले साल जिहड़े खेत च कणक मर गई सी साडी पानी करके, उह पानी दा मसला हल करन आए होए जी। फिर भी एक बिघा थोड़ा तो पानी ने खत्म करता साडा साडा खेत दी। महा जी जिहड़ी खाल पाई सी उहदी लगे होए जी मरम्मत करन, वी जे इहदे विच विचे पानी लंघ जावे। पर उपर मौसम भी हुण बेईमान होया वा, कणक पहले ही पानी ने जी दब ली थोड़ी जी। तो जिहड़ा एक तां साडा मोटर वाला पानी लगी जावे उहदी गल कुछ होर आ, पर जिहड़ा साडा टोबे वाला पानी आउंदा जी उह कम्म खराब करदा। आ के पानी पहला मैं ला चुका, तो बाद फिर जब टोबा ओवरफ्लो हो गया जी, रात बरात पिछे भी किसी प्रॉब्लम है कि रात बरात नक्का बढ़ता जी, आके खेत च पानी पै गया, दोबारा फिर कणक नूं पानी लग गया। फिलहाल तो अपने पैरां पर कणक, तो देखते अगे वाहगुरू के रंग किदां क्या चलता। खाल पर लगे हुए जोर मारन पहला भी मारिया, हुण फिर लगे हुए मारन भी, जे खाल दे विच विच पानी लंघ जावे, जे पानी ज़्यादा आ गया फिर नहीं, फिर तो कणक दे विच बढ़नी बढ़ना। जे पानी घट रहा फिर खाल खाल लंघ जू। गाहां भी प्रॉब्लम आउंदी, जिहदे गाहां नक्के बढ़दे सी जाके खेत च, साडे खेत चों भी तो किसी के खेत उतरना, वह भी बेचारे इतराज करदे आ। पर हुण क्या कर सकदे आ, मर्दे नूं अक चबणा पैणा, खाल तो साफ करनी पैणी आ। थोड़ा थोड़ा पानी तो संभालूगी खाल, जे ज़्यादा नहीं। सति श्री अकाल जी सारिआं नूं। एक भाई लाया वा सी नाल परदेसी, अपने एक परदेसी भाई, मैं वेहला आं। ਵਿਹਲਾ ਕਹਿੰਦਾ, ਮੈਂ ਕਿਹਾ ਚੱਲ ਮੈਂ ਪ੍ਰਸ਼ਾਦਾ ਇਹਨੂੰ ਸਿਖਾਇਆ ਤਾਂ। ਹਾਂ ਵੀ ਆ ਜਾ ਘੰਟਾ ਘੰਟਾ ਸਾਡੇ ਕੋਲ ਬਈ, ਘੰਟਾ ਤੂੰ ਮੇਰੇ ਨਾਲ ਲਾ ਦੇ ਆ ਜਾ। ਮੈਨੂੰ ਹੋਇਆ ਵੀ ਥੋੜ੍ਹਾ ਜਿਹਾ ਬੁਖਾਰ ਅਤੇ ਖੰਘ, ਮੈਨੂੰ ਐਂ ਵਾ ਸੁਨੇਹਾ ਜੀ ਉੱਧਰ ਨਾਲੇ, ਇੱਕ ਤਾਂ ਦਵਾਈ ਲੈ ਕੇ ਆਉਣੀ ਹੈ, ਇੱਕ ਮਿਹਰ ਸਿੰਘ ਨੇ ਟਰਾਲਾ ਟਰੂਲਾ ਦੇਖਣ ਜਾਣਾ ਕਿਤੇ, ਬਈ ਉਹ ਦੇਖ ਆਈਏ ਚੱਲ ਕੇ। ਮਹਾਂ ਜੇ ਹੋਰ ਨਹੀਂ ਕੁਛ, ਅਤੇ ਕਣਕ ਸਾਡੀ ਇਹ ਸਾਈਡ ਸਾਈਡ 'ਤੇ ਤਾਂ ਜੀ, ਉਹ ਵੀ ਪਰਲੀ ਸਾਈਡ 'ਤੇ ਉਹ ਸਾਈਡ ਉਹ ਤਾਂ ਮਰੇ ਲਈ, ਅਤੇ ਬਾਕੀ ਹੁਣ ਜਿੰਨੀ ਕੁ ਹੈ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਧਾਨਾਂ ਦਾ ਤੁਹਾਨੂੰ ਪਤਾ ਵੀ ਕਿਹੜਾ ਹਾਲਾਤ ਸੀਗੇ, ਕਣਕ ਦੇ ਵੀ ਹੁਣ ਕਿਹੜੇ ਹਾਲਾਤ ਹੈ ਵੀ ਵਿਚਾਰ। ਇਹ ਖੇਤ ਜਦ ਦਿੰਦਾ ਤਾਂ ਫਿਰ ਐਨ ਛੱਪੜ ਪਾੜ ਕੇ ਵੀ ਦਿੰਦਾ ਹੈ ਨਾ, ਐਵੇਂ ਅਸੀਂ ਉਹ ਨਹੀਂ ਕਰਦੇ, ਮਤਲਬ ਇਹਦਾ ਕਹਿਣ ਦਾ ਬਾਬੀ ਹੁਣ ਉਹ ਕਹੀ ਜਾਏ ਵੀ ਖੇਤ ਅਸੀਂ ਸਾਨੂੰ ਡਬੋ ਕੇ ਹੀ ਰੱਖਦਾ, ਚਲੋ ਜਦ ਦਿੰਦਾ ਤਾਂ ਵਧੀਆ ਦੇ ਦਿੰਦਾ, ਨਹੀਂ ਤਾਂ ਹਰ ਸਾਲ ਉਹ ਹਾਲ ਮਾੜਾ ਹੀ ਹੁੰਦਾ, ਫਿਰ ਇੱਕ ਅੱਧੀ ਵਾਰ 'ਚ ਝੱਟ ਪੂਰੀ ਲਾ ਜਾਂਦਾ ਸਹੀ। ਇਹ ਚਲੋ ਜੀ ਮੈਂ ਚੱਲਦਾ ਜੀ, ਮੈਨੂੰ ਉਡੀਕਦਾ ਧਰਮੇਰ ਸਿੰਘ ਕੋਲ, ਮਿਲਦੇ ਚੱਲ ਕੇ ਤੁਹਾਨੂੰ ਆਪਾਂ ਉਹਦੇ ਟਰਾਲਾ ਟਰੂਲਾ ਦੇਖਣ ਜਾਣਾ ਕਿਤੇ। ਲਓ ਜੀ ਪਹੁੰਚ ਗਿਆ ਮਾਜਰੇ ਪਿੰਡ, ਅਤੇ ਇੱਥੇ ਖੜ੍ਹਾ ਵੀਰ ਦੇ ਦੱਸਣ ਦੇ ਮੁਤਾਬਕ ਆਹ 15 ਫੁੱਟਾ ਟਰਾਲਾ, ਟਾਇਰ ਵੀ ਹੈਗੇ ਇਹਦੇ ਸੋਹਣੇ। ਉਹਦੇ ਬਾਅਦ ਦੇ ਵਿੱਚ 10 ਨਟੀ ਹੈ ਮੇਰੇ ਖਿਆਲ 'ਚ ਇਹ। ਹਾਂ ਬਹੁਤ ਸੋਹਣੀ ਦੇਖਾ ਟਰਾਲੇ ਦੀ, ਅੰਦਰ 'ਤੇ ਵੀ ਟਰਾਲਾ ਜਿਹੜਾ ਹੈਗਾ ਇਹ ਕਲੀਨ ਸਾਫ ਹੈ, ਤਕਰੀਬਨ ਵਧੀਆ ਰੰਗ ਰੋਗਨ ਜਿਹਾ ਹੋਇਆ ਹੋਇਆ। ਬਾਕੀ ਬਾਈ ਨੂੰ ਪੁੱਛਦੇ ਵੀ ਕਿੱਥੇ ਦਾ ਬਣਿਆ ਹੋਇਆ ਅਤੇ ਕਿਵੇਂ ਹੈਗਾ, ਪਹਿਲਾਂ ਤੁਹਾਨੂੰ ਸਾਰੇ ਪਾਸੇ 'ਤੇ ਤੁਹਾਨੂੰ ਵੀ ਦਿਖਾ ਦਈਏ, ਦੇਖਦੇ ਹਾਂ ਮਿਹਰ ਸਿੰਘ ਦਾ ਵੀ ਦਿਮਾਗ ਕੀ ਕਹਿੰਦਾ ਹੁਣ ਅੱਗੇ। ਅਤੇ ਉਹਦੇ ਬਾਅਦ ਦੇ ਵਿੱਚ ਲਓ ਜੀ ਆ ਹੈਗੀ ਆ ਹੁੱਕ, ਅਤੇ ਰੰਗ ਰੋਗਨ ਦੇ ਉੱਪਰ ਤਾਂ ਭਾਵੇਂ TSB ਲਿਖਾ ਲਓ, ਜੋ ਮਰਜ਼ੀ ਲਿਖਾ ਲਓ, ਇੱਧਰ ਟੂਲ ਹੈ ਅਤੇ ਉਹ ਹੁਣ ਇੱਧਰ ਥੋੜ੍ਹਾ ਜਿਹਾ ਕੰਧ ਦੇ ਨੇੜੇ ਖੜ੍ਹਨ ਕਰਕੇ ਬਣਦੀ ਨਹੀਂ ਗੱਲ, ਦਿਖਾ ਨਹੀਂ ਹੁੰਦਾ ਸਵਾਰ ਕੇ। ਬਾਕੀ ਨੀਚੇ 'ਤੇ ਛਾਤੀ ਮਰਾਉਂਦੇ ਆਪਾਂ ਤੁਹਾਨੂੰ। ਲਓ ਜੀ ਥੱਲੇ ਵੀ ਜਿਹੜੀਆਂ ਗਾਡਰੀਆਂ 4 ਇੰਚੀ ਹੈ ਅਤੇ 86 ਹੈ ਜਿਹੜੀ, ਇਹ 10 ਇੰਚੀ ਲੱਗਦੀ ਹੈ ਮੈਨੂੰ ਤਾਂ। ਤੇਰੇ ਨਾਲ ਕੋਈ ਮਿਹਰ ਸਿੰਘ ਨਹੀਂ, ਜਿਹੜੀ ਆਹ 86 ਹੈ ਥੱਲੇ 10 ਇੰਚੀ ਹੈ, ਕਿੰਨੀ ਆ, 10 ਇੰਚੀ ਹੈ ਨਾ, 10 ਇੰਚੀ 86 ਹੈ। ਅਤੇ ਉਹਦੇ ਬਾਅਦ ਬੰਦਾ ਜੀ ਆ ਰਿਹਾ ਹੁਣ, ਅਸੀਂ ਤਾਂ ਪਹੁੰਚ ਗਏ ਟਿਕਾਣੇ, ਬੰਦਾ ਪਹੁੰਚ ਰਿਹਾ ਅਤੇ ਹਾਂ ਠੀਕ ਹੈ। ਅਤੇ ਮੁੜ ਕੇ
ਹੋਰ ਵੀ ਖੜੀਆਂ ਇਹਨਾਂ ਦਾ ਰੇਟ ਭਾਅ ਸਾਰਾ ਆਉਂਦਾ 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 ਮੈਂ ਮੰਨ ਗਿਆ ਤੇਰੀ ਗੱਲ ਅਤੇ ਬਾਕੀ ਦਿਖਾਉਂਦੇ ਥੋੜ੍ਹੀ ਦੇਰ ਤੱਕ ਆ ਇੱਥੇ ਬਾਈ ਦੇ ਨਾਲ ਗੱਲ ਕਰਦੇ ਹਾਂ ਆਪਾਂ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੀ ਵੀ ਮਾਲਾਂ ਵਿੱਚ ਰਿਸ਼ਤੇਦਾਰੀ ਹੈ ਪ੍ਰਧਾਨਾਂ ਦੇ ਘਰਾਂ ਗੋਲੂ ਵਾਈਰਾਂ ਦੇ ਘਰਾਂ ਹੁਣ ਬਹੁਤੀ ਕਿਵੇਂ ਰਿਸ਼ਤੇਦਾਰੀ ਲੱਗੀ ਬਾਈ ਦੀ ਬਾਈ ਸਤਿ ਸ਼੍ਰੀ ਅਕਾਲ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਜੀ ਨਾਨਕੇ ਆਏ ਇੱਥੇ ਅੱਛਾ ਗੋਲੂ ਬਾਈ ਦੇ ਨਾਨਕੇ ਇੱਥੇ ਉਹ ਵਾਹ ਜੀ ਵਾਹ ਗੋਲੂ ਬਾਈ ਤੇਰੇ ਨਾਨਕੇ ਆ ਗਏ ਸੀ ਹਾਂ ਸ਼ੇਅਰ ਕਰਦੀ ਵੀਡੀਓ ਨੂੰ ਅਤੇ ਬਾਈ ਟਰਾਲੇ ਸਾਨੂੰ ਪਤਾ ਲੱਗਿਆ ਸੀ ਕਿਸੇ ਬੰਦੇ ਕੋਲ ਅਤੇ ਤਾਂ ਤੁਹਾਡੇ ਕੋਲ ਆਏ ਕਿੱਦਾਂ ਬਾਈ ਆਹ ਟਰਾਲੇ ਦੀ ਕਿੰਨਾ ਫੁੱਟ ਹੈਗਾ ਇਹ ਕਿਆ ਹਿਸਾਬ ਕਿਤਾਬ ਆ ਮਾੜਾ ਜਿਹਾ ਦੱਸ ਦੇ ਕਿੰਨੇ ਕੁ ਟਾਈਮ ਦਾ ਬਣਿਆ ਬਾ ਕਿੱਥੇ ਦਾ ਬਣਿਆ ਹੋਇਆ ਇਹ ਬਲਦੇਵ ਦਾ ਬਣਿਆ ਹੋਇਆ ਬਲਦੇਵ ਦਾ ਹਾਂਜੀ ਇਹ ਕਿਹੜਾ ਕਿਸ ਕਿਹੜਾ ਇਹਦੀ ਨੂਰ ਮਹਿਲ ਬਲਦੇਵ ਦਾ ਠੀਕ ਹੈ ਅਤੇ ਇਹ 15x7 ਆ ਜੀ ਇਹ ਅੱਛਾ 15x7 ਲੋ ਬਾਈਆਂ ਦੇ ਕੋਲ ਇੱਕ ਹੋਰ ਟਰਾਲਾ ਖੜਾ ਹੈਗਾ ਜੀ ਇਹ 16 ਫੁੱਟ ਜੈਕ ਵਾਲਾ ਹੈ ਕਹਿੰਦੇ ਓਰਿਜਿਨਲ TSV ਦਾ ਬਣਿਆ ਹੋਇਆ ਜੀ ਇਹ ਅਤੇ ਡਬਲ ਜੈਕ ਹੈਗੇ ਆ ਜੀ ਬਣਤਰ ਤਾਂ TSV ਦੀ ਵਧੀ ਹੁੰਦੀ ਹੈ ਸਾਰਿਆਂ ਨੂੰ ਪਤਾ ਹੀ ਹੈ ਲਓ ਜੀ ਇਹ 16 ਫੁੱਟ ਜੈਕ ਵਾਲਾ ਮਨ ਤਾਂ ਮੇਰਾ ਵੀ ਇਹੋ ਜਿਹਾ ਲੈਣ ਦਾ ਪਰ ਬਾਬੇ ਨਾਨਕ ਨੇ ਹਾਲ ਸਾਡੇ ਪਰ ਕਿਰਪਾ ਘੱਟ ਕਰੀ ਹੋਈ ਹੈ ਉਹ ਮਤਲਬ ਕਿਰਪਾ ਤਾਂ ਫੁੱਲ ਹੈ ਐਵੇਂ ਕਹਿ ਦੀ ਐਵੇਂ ਬਹੁਤ ਵਧੀਆ ਚੱਲ ਰਿਹਾ ਕੰਮ ਪਰ ਜਾਣੀ ਇੰਨੀ ਨਹੀਂ ਕਰੀ ਵੀ 1 ਲੱਖ ਤਾਂ ਚੱਕ ਲਈਏ ਫੱਟੇ ਬਾਕੀ ਪੁੱਛਦੇ ਹਾਂ ਬਾਈਆਂ ਦਾ ਦੋਨਾਂ ਦਾ ਰੇਟ ਕਿਆ ਕੁਛ ਹੈਗਾ ਕਿਆ ਕੁਛ ਨਹੀਂ ਹੈਗਾ ਇਹਦੇ ਪਾਸੇ ਥੱਲੜੇ ਪਾਸੇ ਦੇਖੀਏ ਤਾਂ ਇਹਦੀ ਚਾਸੀ ਵੀ ਜੋ ਮਸਾ ਕੰਮ ਦਾ ਸਾਰਾ ਵਧੀਆ ਕਰਿਆ ਹੋਇਆ ਟੱਪਾ ਵੀ ਸੋਹਣਾ ਖੜਾ ਇਹਦਾ ਹਾਂਜੀ ਇਹਨੂੰ ਬੰਦੇ ਨੇ 21 ਫੁੱਟ ਮਾਇਆ ਇਹ ਕਿੰਨੇ ਫੁੱਟ ਬਾਬੇ 16 ਫੁੱਟ ਆਇਆ ਵੀ ਇਹ ਵਿਦਆਊਟ ਜੈਕ ਆ ਨਾ ਇਹ ਸਮਰਾਲੇ ਦਾ ਸਮਰਾਲੇ ਵੈਦਨਾਥ ਦਾ ਠੀਕ ਇਹ ਵੀ ਬਣ ਸਕਦਾ ਅੱਛਾ ਜਹਾਜ਼ੀ ਫਰਸ਼ ਹੈ ਇਹਦੇ ਵਿੱਚ ਹਾਂਜੀ ਜਹਾਜ਼ੀ ਫਰਸ਼ ਠੀਕ ਹੁਣ ਇਹਦਾ ਟੈਰ ਟੱਪਾ ਵੀ ਸੋਹਣਾ ਹੈ ਇਹਦੀ ਹਾਂ ਹੈਗੇ ਜੀ ਟਾਇਰ ਬਾਬੇ ਨਾਨਕ ਦੀ ਫੁੱਲ ਕਿਰਪਾ ਇਹਦੇ ਹੈਗੇ ਗਾਡਰ ਟਾਈਪ ਇਹ ਵੀ ਹੈਗੀ ਆ ਘੈਂਟ ਗੱਲਬਾਤ ਹੈ ਥੋੜ੍ਹਾ ਜਿਹਾ ਅੰਦਰ ਨੂੰ ਘੁੰਮਣਾ ਪੈਣਾ ਜੀ ਜੁੰਮਸ ਹੈ ਵੀ ਤਕੜਾ ਹੈ ਜੀ ਟਰਾਲਾ ਘੈਂਟ ਹੈ ਇਹਦਾ ਡਾਲਾ ਬੈਸਟ ਹੈ ਜੀ ਹੈ ਨਾ ਲਓ ਜੀ ਇੱਧਰ ਵੀ ਦਿਖਾਉਂਦੇ ਹੁਣ ਇਹ ਹੈ ਜੀ 16 ਫੁੱਟ ਅਤੇ ਇਹਦੇ ਅੰਦਰ ਦਿਖਾਵਾਂ ਤਾਂ ਜੇ ਮੈਂ ਇਹਦਾ ਜਿਹੜਾ ਫਰਸ਼ ਹੈਗਾ ਜੀ ਜਹਾਜ਼ ਵਾਲਾ ਜੀ ਅਤੇ ਦੂਸਰੇ ਦਾ ਫਰਸ਼ ਆਪਾਂ ਤੁਹਾਨੂੰ ਚੈੱਕ ਕਰਾਉਂਦੇ ਜੀ ਜਿਹੜਾ 16 ਫੁੱਟ ਜੈਕ ਵਾਲਾ ਹੈ ਉਹ TSV ਵਾਲਾ ਉਹਦਾ ਫਰਸ਼ ਵੀ ਇਹ 1 ਕੰਡੀਸ਼ਨ ਹੈ ਜੀ
क्या बात है गलबात हो चढ़ती है कलां च कम जड़ा लेके जाऊगा भाई। तो हूँ बाई न पुछते हैं रेट प्राइस क्या कुछ हैगा बिचे भाई ट्रैक्टर का भी व्यापार कर दें गल की गल है वेरी गुड जॉब। अच्छा फिर बाबे हूँ तू सू रेट प्राइस दस दे क्या कुछ इन्हों चाह पिलाइए पहले चाह तार मैं पीनी है चाह पीनी मेरा पीने के मौसम के हिसाब न यार मैं नहीं पीनी हैगी मैं पानी पीऊँगा भाई फिक्की पीनी पैसे भी ने फिक्की फिक्की दे दियो फिर चलो चलो फिक्की पी लें ये भी गल ठीक है चलो चाह पी के कर दें जी भाई दे गल लो जी जिहड़ा आह ट्राला पहला देखा सीगा आपां ने ये बाइया ने मंगे हैगे है जी ये 3B कहने डिमांड आ बाकी भाई रिश्तेदारी है थोड़े नाल कर लाँगे उपर थले थोड़ा बहुत जो भी होया तो जो TSV का सीगा अंदर वो 4 ft 16 ft लंबा हो 7 ft चौड़ा हो तो डबल जैक वह वो तुम देखी सी पैर पिछे देख लिया तस्वीर तुम लो जी देखते हूँ क्या मूड बनता मेहर सिंह का अगे की विचार हैगी क्या नहीं हैगी इधर भी खड़ी एक इधर ये बाइया ने अपना परसनल तौर पर रखा वा है ट्राला है भी जुम्बस कैंट है भी यदि हब भी बड़ी है तो यदि मोगरी भी ठीक है लंबी मोगरी है वो ट्राले की मोगरी थोड़ी जी छोटी लगी मैं बैक साइड में जरा ज़्यादा चलो ठीक है जी देखते हूँ की बनता ये है जी पुराने समय दादा पुराने बजुर्ग देख सकते हैं इनू DT 14 4 ये आए थी स्टार्टिंग से भी ट्रैक्टर देख लो जी करा दें थानू दर्शन तो इधरला टायर कहते जान के खोल के खड़ाया होया भी कितने कोई रात को पा के ना ले जाए आ भी पुली है स्टार्ट करने वाली आप टैंकी ओरिजिनल खड़ाई हुई चीज़ है सीट ठीक है जी एन वधिया जी कृपा बाबे नानक दी चढ़दी कला ते किन्ने क टाइम दा अपने कोल जी ये अच्छा जी थोड़े कोल वाह जी वाह वाह जी वाह प्यार हो जाता पक्की गल है जी बिल्कुल बिल्कुल जी प्यार हो जाता जिहड़े बहुत टाइम दी चीज हुंदी है वाकई 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 लो जी आ होगी रेस ये हो गया हाँ जी मैं कहनू चलाया वा जी साढ़े बजुर्ग चलाते होंगे थे किसी टाइम गल करते थे जी वह अपना पिंड आ गया जी माला चलिया माला चलिया पिंड है जी माला चलिया बिल्कुल 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 ये खड़ा जी मल माजरे ते 7 ft चौड़ा हो गया जी 16 ft लंबा एक होर खड़ा जी इत मल माजरे ये थोड़ा जहाँ नेरे में खड़ा है चानना तो मैं कर नहीं थादा इतने तो यह पलाहे का बनया हुआ जी पलाहा सिंह बिलगे का पलाहा बिलगे बिलगे होंगे इतने ये भी सोहना ट्रला ये कलर थोड़ा थोड़ा जहा देखने वो लगूंगा पर पूरी टॉवर है शो पीस टैप एन पूरा वधिया टायर है जी 75 ₹ के करीब खड़े
साहेब तुंग तुंग भी एक गोत हैगा पलाहा एग्री विला विलगा पहुँच गए जी समराले बैजनाथ दे ते इन्हां कोल इक ट्राला ऑलरेडी तैयार है इन्हां कोल तो टोटल बुकिंग परेज काम चलता ये 14 फुटा तैयार हो रहा है जी इस समय तो 14.5 पता नहीं 7 का इन्हां दी भी मशहूरी बड़ी तकड़ी है ये भी आप खुद ही तैयार करते हैं तो थोनों हुण वीडियो दे विच पता नहीं किवें देखूंगा थोड़ा जिहा नेरे करके होण करके थोड़ा जिहा चक्कर है मोगरी दी भी घेंट है जी ये इन्हां दी जी अपना वर्कशॉप दे विच आए हैं लो जी एक बैजनाथ वाले का होर बनया हुआ ट्राला ये हैगा जी ककराला खुरद बिल्कुल ये उहदे नेड़े ही है अपना समराले दे नेड़े तो यदा टायर टप्पा भी काफ़ी अप हैगा तो हूँ लाइट की थोड़ी जी दिक्कत होगी सोना पदरा बनया हुआ भी ट्राला बने 10 साल तो उपर हो गए इनू घेंट है गलबात पूरी है बाकी हूँ मेहर सिंह का मूड है जी सोहना बनया हुआ ट्राला भी पदरा ट्राला तो वधिया